ਬਚਾਓ ਮੋਰਚਾ ਦੀ ਮੀਟਿੰਗ ਦੇ ਵਿੱਚ ਜਿਹੜੇ ਏਜੰਡੇ ਤੈਅ ਹੋਏ ਆ, ਪਹਿਲਾ ਏਜੰਡਾ ਵੀ BBM ਹੈਲਪਲਾਈਨ @gmail.com ਇੱਕ ਮੇਲ ਜਾਰੀ ਕੀਤੀ ਗਈ ਹੈ, ਇੱਕ 8832503 ਮੋਬਾਈਲ ਨੰਬਰ ਜਾਰੀ ਕੀਤਾ ਗਿਆ ਹੈਲਪਲਾਈਨ ਦਾ, ਅਤੇ ਨਾਲ ਤੀਜੀ ਗੱਲ 31 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ, ਜਿਹੜੀ ਡਾਇਰੈਕਟਰਸ਼ਿਪ ਜਿਹੜੀ ਵਾਰੀਅਰ ਬਣ ਕੇ ਲੋਕਾਂ ਦੇ ਵਪਾਰੀਆਂ ਦੇ ਹੱਕਾਂ ਲਈ ਲੜੇਗੀ, ਅਤੇ ਤੀਜਾ ਇੱਕ ਏਜੰਸੀ ਹਾਇਰ ਕੀਤੀ ਹੈ ਜਿਹੜੀ ਏਜੰਸੀ ਭ੍ਰਸ਼ਟ ਅਫਸਰਾਂ ਦੇ ਖਿਲਾਫ਼ ਜਾਂਚ ਕਰੂਗੀ, ਅਤੇ ਉਹਨਾਂ ਦੇ ਖਿਲਾਫ਼ ਜਿਹੜੇ ਬਣਦੇ ਕਾਰਵਾਈ ਹੋਊਗੀ ਅਸੀਂ ਪਾਵਾਂਗੇ, ਚਾਹੇ ਬਿਜ਼ਨਸ 'ਚ ਜਾਣਾ ਪਵੇ, ਚਾਹੇ ਹਾਈਕੋਰਟ ਜਾਣਾ ਪਵੇ, ਅਸੀਂ ਕਿਸੇ ਵੀ ਭ੍ਰਸ਼ਟ ਅਫਸਰ ਨੂੰ ਨਹੀਂ ਛੱਡਿਆ ਜਾਏ। ਚਾਓ ਮੋਰਚਾ ਦੀ ਮੀਟਿੰਗ ਹੋਈ ਸਰਕਟ ਹਾਊਸ ਦੇ ਵਿੱਚ, ਜਿਹਦੇ ਵਿੱਚ ਅਲੱਗ ਅਲੱਗ ਜਥੇਬੰਦੀਆਂ ਦੇ ਤਕਰੀਬਨ 100 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਹੜੇ ਵਪਾਰਕ ਜਥੇਬੰਦੀਆਂ ਦੇ ਬੰਦੇ ਸੀ, ਸਭ ਨੇ ਆਹ ਡਿਸੀਜ਼ਨ ਲਿੱਤਾ ਕਿ ਅੱਜ ਤੋਂ ਬਾਅਦ ਕਿਸੇ ਵੀ ਤਰੀਕੇ ਦੇ ਲਈ ਜਿਹਦੇ ਵਿੱਚ ਵਪਾਰੀ ਨੂੰ ਤੰਗ ਕੀਤਾ ਜਾਏ, ਕਿਸੇ ਭ੍ਰਸ਼ਟ ਅਫਸਰ ਨੂੰ ਉਹਨੂੰ ਤੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਜੇ ਕਿਸੇ ਨੂੰ ਵੀ ਕਿਸੇ ਮਹਿਕਮੇ ਨੂੰ ਕਿਸੇ ਤਰੀਕੇ ਦੀ ਵਪਾਰੀ ਨਾਲ ਕੰਪਲੇਂਟ ਹੈ ਤਾਂ ਵਪਾਰ ਬਚਾਓ ਮੋਰਚਾ ਨੂੰ ਸੰਪਰਕ ਕਰੇ, ਉਹਨਾਂ ਨਾਲ ਬੈਠ ਕੇ ਅਸੀਂ ਉਹਨਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਦਾ ਪ੍ਰਯਾਸ ਕਰਾਂਗੇ।